ਰੇਡ ਕੀਤੀ ਗਈ ਹੈ, ਕੀ ਕਾਰਨ ਸੀਗਾ ਰੇਡ ਕਰਨ ਦਾ? ਨਹੀਂ, ਅੱਜ ਸਪੈਸ਼ਲੀ ਰੇਡ ਨਹੀਂ ਕੀਤੀ ਗਈ, ਅੱਜ ਡੀਜੀਪੀ ਸਾਹਿਬ ਦੇ ਹੁਕਮਾਂ ਮੁਤਾਬਕ ਸਪੈਸ਼ਲ ਆਪਰੇਸ਼ਨ ਚੱਲ ਰਿਹਾ, ਜਿਹਦੇ ਵਿੱਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਢਾਬੇ, ਹੋਟਲ, ਸਰਾਵਾਂ, ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੰਦਰਾਲੇ ਤੋਂ ਚੈੱਕ ਕਰਦੇ, ਹੁਣ ਇੱਥੇ ਢਾਬਾ ਚੈੱਕ ਕੀਤਾ ਔਰ ਇੱਥੇ ਕੁਛ ਜਿਹੜੇ ਨੇ ਸ਼ੱਕੀ ਵਿਅਕਤੀ ਵੀ ਆ ਅਤੇ ਲੇਡੀਜ਼ ਨੇ, ਉਹ ਅਸੀਂ ਇੱਥੇ ਦੇਖੀਆਂ ਨੇ, ਉਹਨਾਂ ਨੂੰ ਵਾਚ ਕਰ ਰਹੇ ਹਾਂ। ਜੇ ਇਨਫੋਰਮੇਸ਼ਨ ਵੀ ਆ ਕਿ ਇੱਥੇ ਕੁਛ ਗਲਤ ਹੋ ਰਿਹਾ ਤਾਂ ਉਹ ਚੈੱਕ ਕਰਦੇ ਹਾਂ, ਜੇ ਵਾਕਿਆ ਹੀ ਇਹ ਗਲਤ ਹੋਣਗੇ ਤਾਂ ਇਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਏ। ਇਸ ਦੀ ਆਪਾਂ ਨੂੰ ਇਨਫੋਰਮੇਸ਼ਨ ਸੀ ਜਾਂ ਆਪਾਂ ਸਿੱਧਾ ਡਾਇਰੈਕਟ? ਨਹੀਂ, ਅੱਜ ਡੀਜੀ ਸਰ ਦੇ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਹੀ ਚੈਕਿੰਗ ਚੱਲ ਰਹੀ। ਹੋ ਗਈ ਮਿਲੇ ਸ਼ੱਕੀ ਹਾਲਤ ਤੋਂ ਚੈਕਿੰਗ ਕੀਤੀ ਸਾਰਾ? ਨਹੀਂ, ਅਜੇ ਮਾਛੀਵਾੜਾ ਸਟਾਰਟ ਹੀ ਕੀਤਾ, ਅਜੇ ਅਸੀਂ ਅੱਗੇ ਵੀ ਕਰਾਂਗੇ ਸ਼ਾਇਦ, ਅਜੇ ਫਸਟ ਸਟੈਪ ਤੇ ਇੱਥੇ ਜਿਹੜਾ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ।